ਸ੍ਰੀ ਬਾਦਲ ਦੇ ਮਾਮਲਿਆਂ 'ਤੇ ਸਖ਼ਤ ਫੈਸਲਾ ਕਰਨ ਲਈ ਬੀਜੇਪੀ ਅਤੇ RSS ਵੱਲੋਂ ਜਥੇਦਾਰ ਸਾਹਿਬਾਨਾਂ 'ਤੇ ਦਬਾਅ ਦੇ ਲਾਏ ਦੋਸ਼ਾਂ ਬਾਰੇ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ। ਸਵਾਲ ਜਵਾਬ ਹੋਏ ਨੇ, ਉਹ ਵੀਡੀਓਗ੍ਰਾਫੀ ਉਹ ਸਾਡੇ ਕੋਲ ਹੈ। ਅਕਾਲ ਤਖ਼ਤ ਸਾਹਿਬ ਜੀ ਦੇ ਘਰ ਜਾ ਕੇ ਸੁਖਬੀਰ ਸਿੰਘ ਬਾਦਲ ਦੇ ਚੱਲਦੇ ਮਸਲੇ 'ਤੇ ਰਾਜਨੀਤਿਕ ਫੈਸਲਾ ਨਾ ਕਰਨ ਲਈ ਧਮਕੀ ਦੇਣਾ, ਧਮਕੀ ਦਿੱਤੀ ਕਿ ਜੇਕਰ ਕੋਈ ਰਾਜਨੀਤਿਕ ਫੈਸਲਾ ਸੁਖਬੀਰ ਸਿੰਘ ਬਾਦਲ ਦੇ ਉਲਟ ਹੋਇਆ, ਉਹ ਕਹਿ ਰਿਹਾ ਕਿ ਮੈਂ ਨਾਂ ਨਹੀਂ ਲਿਆ, ਜੇਕਰ ਫੈਸਲਾ ਉਲਟ ਹੋਇਆ ਤਾਂ ਕੋਈ ਬੋਲੇ ਨਾ ਬੋਲੇ ਮੈਂ ਖੰਡਾ ਜ਼ਰੂਰ ਫੜਕਾਵਾਂਗਾ। ਇਸੇ ਬਹਾਨੇ ਉਹਨੇ ਆਪਣਾ ਮੋਬਾਈਲ ਰਿਕਾਰਡਿੰਗ ਚਾਲੂ ਕਰਕੇ ਅਤੇ ਜਿਹੜੀ ਗੱਲਬਾਤ ਹੋਈ ਉਹਦੇ ਰਿਕਾਰਡਿੰਗ ਜਿਹੜੀ ਕੀਤੀ ਹੈ, ਕਿਰਦਾਰ ਕੀ ਕਰਨਾ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਦਮਦਮਾ ਸਾਹਿਬ ਵਿਖੇ BJP RSS ਵੱਲੋਂ ਦਬਾਅ ਪਾ ਕੇ ਸੁਖਬੀਰ ਸਿੰਘ ਬਾਦਲ ਨੂੰ ਅਹੁਦੇ ਤੋਂ ਹਟਾਉਣ ਸੰਬੰਧੀ ਵਾਰਤਾਲਾਪ ਦੇ ਦਾਅਵੇ ਸਨ, ਉਹ ਵੀ ਉਹਦੇ ਸਾਰੇ ਝੂਠੇ ਨਿਕਲੇ। ਲਿਖਤੀ ਰੂਪ ਵਿੱਚ ਆਪਣੀਆਂ ਕੀਤੀਆਂ ਗਲਤੀਆਂ ਦੀ ਮੁਆਫ਼ੀ ਮੰਗੀ ਹੈ, ਪਰ ਇਸਦੀ ਮੀਡੀਆ ਵਿੱਚ ਕੀਤੀ ਬਿਆਨਬਾਜ਼ੀ ਨਾਲ ਤਖ਼ਤ ਸਾਹਿਬਾਨ ਦੀ ਮਾਨ ਮਰਿਆਦਾ ਨੂੰ ਭਾਅ ਲੱਗੀ ਹੈ। ਇਸ ਲਈ ਹੋਰ ਸਖ਼ਤ ਕਾਰਵਾਈ ਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ 24 ਘੰਟਿਆਂ ਦੇ ਅੰਦਰ ਅੰਦਰ ਇਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ 10 ਸਾਲ ਲਈ ਇਸ 'ਤੇ ਦੁਬਾਰਾ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਰੋਕ ਲਗਾਈ ਜਾਵੇ। ਜਿਵੇਂ ਆਪ ਸਭ ਜਾਣਦੇ ਹੋ, ਸਿੰਘ ਸੰਸਥਾ ਜਾਣਦੀਆਂ ਨੇ ਕਿ ਪਿਛਲੇ ਤਕਰੀਬਨ 3-4 ਦਿਨਾਂ ਤੋਂ ਅਕਾਲੀ ਆਗੂ ਜੱਸਾ ਸਿੰਘ ਬਲਦੋਆ ਜਿਹਨੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨਾਂ ਬਾਰੇ, ਸਿੰਘ ਸਾਹਿਬਾਨਾਂ ਬਾਰੇ ਜੋ ਮੀਡੀਆ ਦੇ ਵਿੱਚ ਬੋਲਿਆ, ਉਸ ਬਾਰੇ ਉਹਨੂੰ ਉਹਦਾ ਸਪਸ਼ਟੀਕਰਨ ਜਿਹੜਾ ਹੈ ਸਬੂਤਾਂ ਸਮੇਤ ਨੂੰ ਸੱਦਿਆ ਗਿਆ ਸੀ ਔਰ ਉਸ ਸੰਬੰਧ ਵਿੱਚ ਅੱਜ ਜਿਹੜੀ ਸੀ ਅਸੂ ਨਾਨਕਸ਼ਾਹੀ ਸੰਮਤ 556 ਮੁਤਾਬਿਕ 15 ਅਕਤੂਬਰ 2024 ਨੂੰ ਵਿਰਸਾ ਸਿੰਘ ਬਲਦੋਹਾ ਨੇ ਪਿਛਲੇ ਦਿਨੀ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਸਾਹਿਬਾਨ ਦੀ ਕਿਰਦਾਰ ਕੁਸ਼ੀ ਕਰਦੇ ਹੋਏ ਮੀਡੀਆ ਕੋਲ ਕੀਤੀ ਗਈ ਗਲਤ ਬਿਆਨਬਾਜ਼ੀ ਸੰਬੰਧੀ ਉਸਦੇ ਖਿਲਾਫ਼ ਹੇਠ ਲਿਖੇ ਦੋਸ਼ ਸਾਬਤ ਹੁੰਦੇ ਨੇ। ਨੰਬਰ 1, ਸੁਖਬੀਰ ਸਿੰਘ ਬਾਦਲ ਦੇ ਮਾਮਲਿਆਂ 'ਤੇ ਸਖ਼ਤ ਫੈਸਲਾ ਕਰਨ ਲਈ BJP ਅਤੇ RSS ਵੱਲੋਂ ਜਥੇਦਾਰ ਸਾਹਿਬਾਨਾਂ 'ਤੇ ਦਬਾਅ ਦੇ ਲਾਏ ਦੋਸ਼ਾਂ ਬਾਰੇ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ ਔਰ ਵਿਸ਼ੇਸ਼ ਕਰਕੇ ਮੈਂ ਮੀਡੀਆ ਦੇ ਰਾਹੀਂ ਸਮੁੱਚੀ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਇਸ ਸਾਰੀ ਡਿਸਕਸ਼ਨ ਦੀ ਵੀਡੀਓਗ੍ਰਾਫੀ ਅਸੀਂ ਕਰਵਾਈ ਹੋਈ ਹੈ। ਜਿੰਨੇ ਵੀ ਸਵਾਲ ਜਵਾਬ ਹੋਏ ਨੇ ਉਹ ਵੀਡੀਓਗ੍ਰਾਫੀ ਉਹ ਸਾਡੇ ਕੋਲ ਹੈ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਘਰ ਜਾ ਕੇ ਸੁਖਬੀਰ ਸਿੰਘ ਬਾਦਲ ਦੇ ਚੱਲਦੇ ਮਸਲੇ 'ਤੇ ਰਾਜਨੀਤਿਕ ਫੈਸਲਾ ਨਾ ਕਰਨ ਲਈ ਧਮਕੀ ਦੇਣਾ, ਸਭ ਨੂੰ ਪਤਾ ਹੈ ਕਿ ਪਿਛਲੇ ਤਕਰੀਬਨ 10 ਦਿਨ ਪਹਿਲਾਂ ਮੈਨੂੰ ਬਿਮਾਰ ਹੋਇਆ, ਬੁਖਾਰ ਹੋਇਆ, ਇਨਫੈਕਸ਼ਨ ਹੋਈ, ਹਸਪਤਾਲ 'ਚ ਮੈਂ ਦਾਖਲ ਮਿਲਿਆ ਔਰ ਮੇਰੀ ਖਬਰ ਲੈਣ ਦੇ ਬਹਾਨੇ ਵਿਰਸਾ ਸਿੰਘ ਬਲਦੋਆ ਮੇਰੇ ਘਰ ਵਿੱਚ ਆਇਆ, ਕਿਤੇ ਹੋਰ ਗੱਲਾਂ ਬਾਤਾਂ ਕੀਤੀਆਂ। ਉੱਥੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਕੋਈ ਰਾਜਨੀਤਿਕ ਫੈਸਲਾ ਸੁਖਬੀਰ ਸਿੰਘ ਬਾਦਲ ਦੇ ਉਲਟ ਹੋਇਆ, ਉਹ ਕਹਿ ਰਿਹਾ ਕਿ ਮੈਂ ਨਾਂ ਨਹੀਂ ਲਿਆ, ਜੇਕਰ ਫੈਸਲਾ ਉਲਟ ਹੋਇਆ ਤਾਂ ਕੋਈ ਬੋਲੇ ਨਾ ਬੋਲੇ ਮੈਂ ਖੰਡਾ ਜ਼ਰੂਰ ਫੜਕਾਵਾਂਗਾ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨਾਲ ਹੋਈ ਗੱਲਬਾਤ ਦੀ ਬਿਨਾਂ ਦੱਸੇ ਰਿਕਾਰਡਿੰਗ ਕਰਕੇ ਵਿਸ਼ਵਾਸਘਾਤ ਕਰਨਾ, ਖਬਰ ਲੈਣ ਦੇ ਬਹਾਨੇ ਉਹਨੇ ਆਪਣਾ ਮੋਬਾਈਲ ਰਿਕਾਰਡਿੰਗ ਚਾਲੂ ਕਰਕੇ ਅਤੇ ਜਿਹੜੀ ਗੱਲਬਾਤ ਹੋਈ ਉਹਦੀ ਰਿਕਾਰਡਿੰਗ ਜਿਹੜੀ ਕੀਤੀ ਆ, ਇਹ ਇੱਕ ਅਨੈਤਿਕਤਾ ਹੈ ਔਰ ਗੈਰ ਕਾਨੂੰਨੀ ਵੀ ਹੈ ਔਰ ਇੱਕ ਅਪਰਾਧ ਹੈ ਕਿ ਕਿਸੇ ਦੀ ਵੀ ਰਿਕਾਰਡਿੰਗ ਉਹਨੂੰ ਬਿਨਾਂ ਦੱਸੇ ਕਰਨਾ, ਇਹ ਜਿਹੜਾ ਬਿਲਕੁਲ ਸ਼ੋਭਾ ਵੀ ਨਹੀਂ ਦਿੰਦਾ ਔਰ ਉਹਨੇ ਇਹ ਵਿਸ਼ਵਾਸਘਾਤ ਕੀਤਾ। ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ 'ਤੇ ਮੀਡੀਆ ਵਿੱਚ ਜਥੇਦਾਰ ਸਾਹਿਬਾਨ ਦੀ ਕਿਰਦਾਰ ਕੁਸ਼ੀ ਕਰਨਾ, ਜਥੇਦਾਰ ਸਾਹਿਬਾਨ ਦੀਆਂ ਵਿਦੇਸ਼ ਵਿੱਚ ਜਾਇਦਾਦਾਂ ਸੰਬੰਧੀ ਦਿੱਤੇ ਝੂਠੇ ਬਿਆਨ ਸੰਬੰਧੀ ਕੋਈ ਪੁਖਤਾ ਸਬੂਤ ਪੇਸ਼ ਕਰਨ ਦੀ ਬਜਾਏ ਝੂਠੀਆਂ ਅਤੇ ਬੇਬੁਨਿਆਦ ਗੱਲਾਂ ਕਰਕੇ ਸਿੰਘ ਸਾਹਿਬਾਨ ਦੀ ਕਿਰਦਾਰ ਕੁਸ਼ੀ ਕਰਨਾ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਦਮਦਮਾ ਸਾਹਿਬ ਵਿਖੇ BJP RSS ਵੱਲੋਂ ਦਬਾਅ ਪਾ ਕੇ ਸੁਖਬੀਰ ਸਿੰਘ ਬਾਦਲ ਨੂੰ ਅਹੁਦੇ ਤੋਂ ਹਟਾਉਣ ਸੰਬੰਧੀ ਵਾਰਤਾਲਾਪ ਦੇ ਦਾਅਵੇ ਸਨ,
भी उदे सारे झूठे निकले। और जेडे उस वक्त के गवाह कोल बैठे उन्हें दसे ने, उन्होंने सारिया ने साढ़े को मनिया कि सा इस विषय से कोई भी जी गलबात है, ऐसा कोई भी जी गल है यानी हरप्रीत सिंह ने उस वो नहीं की, उसकी रिकॉर्डिंग जी है वो साढ़े को मौजूद है। बतौर बुलारा श्रोमणी अकाली दल मीडिया में बदजुबानी करके पंथक जमात श्रोमणी अकाली दल का भारी नुकसान करना, इसने लिखित रूप में अपनिया कीतियां गलतियां दी मुआफी भी मंगी है। जो ये पत्र मुआफीनामा अखीर से उन्होंने दसिया, इसकी एक कापी जी है वो सारी प्रेस में बंट दी जाएगी। इसने लिखित रूप में अपनिया कीतियां गलतियां दी मुआफी मंगी है, पर इसकी मीडिया में की जानबाजी नाल तख्त साहबान की मान मर्यादा ढा लगी है। इसलिए होर सख्त कार्रवाई ना करदिया श्रोमणी अकाली दल के कार्यकारी प्रधान आदेश किया जाता है कि 24 घंटिया के अंदर अंदर इस पार्टी की मुढ़ली मैंबरशिप और सारे अहदों को बर्खास्त किया जाए और 10 साल लिए इस दोबारा पार्टी में शामिल होने से रोक लगाई जाए। जे फिर भी ये बाज ना आया तो इस खिलाफ होर सख्त कार्रवाई जी है वो की जाएगी। वाहेगुरु जी का खालसा, वाहेगुरु जी की फतेह। जो गलबात जो उन्हें इल्जाम तराशी यानी हरप्रीत सिंह जी होर की है, वो बारे में सिंह साहब जी कहना कि वो मीडिया के साथ गलबात साझी करते।